ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ, ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਮੇਸ਼ਾ ਨੀਲੀ ਦੇ ਬਿਹਤਰੀਨ ਔਰ ਅਨਮੋਲ ਤੋਹਫੇ ਵੀਰਾਂ ਦੀ ਨਜ਼ਰ ਕਰੀਦੇ ਨੇ। ਅੱਜ ਵੀਰਾਂ ਵਾਸਤੇ ਇੱਕ ਦੂਜਣ ਗੱਬੜ ਮੈਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ, ਜਿਹੜੀ ਮੈਂ ਗੱਬੜੇ ਔਰ ਸੌਣ 'ਚ ਤਕਰੀਬਨ ਕੋਈ 7-8 ਦਿਨ 6 ਦਿਨ ਲੈਂਦੀ ਹੈ। ਮੈਂ ਦੀ ਖੂਬਸੂਰਤੀ ਅਤੇ ਮੈਂ ਦੀ ਕਲਾਸ ਚੈੱਕ ਕਰਨੀ ਹੈ, ਕਿਸ ਰੰਗ ਦੀ, ਕਿਸ ਰੂਪ ਦੀ, ਕਿਸ ਬਲੱਡ ਲਾਈਨ ਦੀ ਮੱਝ ਹੈ। ਮੱਝ ਨੂੰ ਮਾਸ਼ਾਅੱਲਾ ਰੁਗ ਰੁਗ ਦੇ ਲੱਗਿਆ ਖੂਬਸੂਰਤ ਥਣ, ਪੰਡਾਂ ਦੇ ਮੈਂ ਨੂੰ ਹਵਾਨੇ ਔਰ ਮੈਂ ਦੇ ਗਿੱਟ ਗਿੱਟ ਪਸ਼ਮ ਔਰ ਬਰੀਕ ਟਿਸ਼ੂ ਪੇਪਰ ਵਰਗੀ ਮੈਂ ਨੂੰ ਪਾਵਰ ਵਾਲਾ ਥਣ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਪੀੜ੍ਹੀਆਂ ਦੇ ਪਾਵਰ ਵਰਗਾ, ਔਰ ਅੱਲਾ ਦੇ ਫਜ਼ਲੋ ਕਰਮ ਨਾਲ ਪਲਵਾਨ ਦੀ ਚੌੜੀ ਕੰਢ 'ਚ ਨਜ਼ਾਮ ਛੱਡਿਆ ਅੱਲਾ ਦੇ ਫਜ਼ਲ ਨਾਲ। ਔਰ ਮੈਂ ਇਹਦਾ ਬੱਚਾ ਹੈ, ਗੱਲੀ ਬਾਤੀ ਨਹੀਂ, ਕੰਮ ਨੇ। ਔਰ ਇਨਸ਼ਾਅੱਲਾ ਅਸੀਂ ਆਪਣਾ ਦੇਸ਼ ਪੰਜਾਬ ਟੀ ਵੀ ਦੇ ਵਲੈਤੀ ਅਤੇ ਨਫੀਸ ਜਾਨਵਰਾਂ ਦੀ ਕਲੈਕਸ਼ਨ ਹਮੇਸ਼ਾ ਲੈ ਕੇ ਹਾਜ਼ਰ ਹੁੰਦੇ ਹਾਂ। ਮੈਂ ਸਾਰੀ ਚੂੜੀ ਹੈ, ਕਾਲੀ ਸ਼ਾਹ ਹੈ, ਅੱਖਾਂ ਮੈਨੂੰ ਬਿੱਲੀਆਂ ਨੇ, ਸਿਰ ਮੈਨੂੰ ਕਤਰੀ ਕਤਰੀ ਹੈ, ਔਰ ਮੈਂ ਪੂਰੀ ਜਵਾਨ ਅਤੇ ਪੂਰੀ ਮਸਤਾਨੀ ਹੈ। ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਮੈਂ ਵਿਕਣਾ ਨਾ ਵਿਕਣਾ, ਲੈਣਾ ਨਾ ਲੈਣਾ, ਇਹ ਇੱਕ ਅਲੱਗ ਖੇਡ ਹੈ, ਇਹ ਇੱਕ ਅਲੱਗ ਨਸੀਬ ਦੀ ਗੇਮ ਹੈ। ਲੇਕਿਨ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਨੀਲੀ ਦਾ ਜਾਨਵਰ ਵੀਰਾਂ ਸ਼ੌਕ ਕਰਾਈਏ ਔਰ ਨੀਲੀ ਦੀਆਂ ਮੱਝਾਂ ਵਿਖਾਈਏ। ਮੈਂ ਇਹਨੂੰ ਸਾਰ ਤੋਂ ਲੈ ਕੇ ਅਗਲੇ ਪੈਰਾਂ ਤੱਕ ਔਰ ਨਸਾਂ ਤੱਕ ਪੂਰੀ ਵਲੈਤੀ, ਪੂਰੀ ਨੀਲੀ ਦੀ ਪਹਿਲਣ ਮੈਂ ਜਾਂ ਦੂਜਣ, ਇਹਦੀ ਤਸੱਲੀ ਆਪਾਂ ਸਾਰੀ ਮਾਲਕ ਤੋਂ ਲੈਣੀ ਹੈ। ਔਰ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਅੱਲਾ ਪਾਕ ਦੀ ਆਜ਼ਾਦੀ ਕਰੇ, ਮੈਂ ਇਨਸ਼ਾਅੱਲਾ ਸ਼ੌਕ ਦੇ ਵਾਲੀ ਹੈ, ਔਰ ਜਿਹੜਾ ਵੀਰ ਦਾ ਸ਼ੌਕ ਕਰੇਗਾ ਇਨਸ਼ਾਅੱਲਾ ਘੱਟ ਵੱਟ ਦੇਗੀ। ਮੈਂ ਬਿਲਕੁਲ ਕੱਚ ਦੀ ਬਣੀ ਹੋਈ ਸਾਰੀ, ਮੈਂ ਕੱਚ ਦੀ, ਔਰ ਮੈਂ ਮਾਸ਼ਾਅੱਲਾ ਪੰਡਾਂ ਲਾਈਫ ਇਹਦੇ ਤੱਕ ਮੈਂ ਸੋਨ ਦੇ ਵਿੱਚੋਂ 5-7 ਦਿਨ ਲੈਂਦੀ ਹੈ। ਮੈਂ ਇਹਦੇ ਪਿੱਛੇ ਬਟਨ ਬਣੇ ਹੋਏ ਨੇ, ਵੀਰ ਵੇਖ ਲੈਣਗੇ, ਠੀਪੇ ਲੱਗੇ ਹੋਏ ਤੁੰਨੀ ਕੋਲ ਦਾ ਨਿਸ਼ਾਨ। ਕੁੜੀ ਜਵਾਨ ਮੈਂ ਐਡੀ ਹੈ ਕਿ ਮਾਸ਼ਾਅੱਲਾ ਸ਼ੌਕ ਵਾਲਾ ਜਿਹੜਾ ਵੀਰ ਹੈ, ਜਿਹੜਾ ਭਰਾ ਹੈ, ਉਹ ਅੱਲਾ ਦੇ ਫਜ਼ਲੋ ਕਰਮ ਨਾਲ ਦੂਜੀ ਵਾਰੀ ਗੱਲ ਨਹੀਂ ਕਰੇਗਾ, ਔਰ ਇਹ ਕਹੇਗਾ ਕਿ ਯਾਰ ਅੱਜ ਫਿਰ ਇੱਕ ਅੱਲਾ ਦੇ ਫਜ਼ਲੋ ਕਰਮ ਨਾਲ ਇੱਕ ਨਗੀਨਾ ਲੈ ਕੇ ਵਜਨ ਪਰ ਨਾਲ ਨਾਲ ਟੋਰਿਆ ਜੀ, ਮੈਂ ਨਾਲ ਨਾਲ ਟੋਰਿਆ ਜੀ, ਪੂਰੀ ਮੈਂ ਤਸੱਲੀ, ਮੈਂ ਇਹਦੀ ਪੂਰੀ ਤਸੱਲੀ ਕਰਨੀ। ਮੈਂ ਮਾਸ਼ਾਅੱਲਾ ਫੱਟ ਕੱਢ ਦੇਗੀ, ਜਿੱਡਾ ਮੈਨੂੰ ਥਾਣੇ ਏਡਾ ਹੀ ਮੈਨੂੰ ਪਸਮਾ, ਔਰ ਏਡੀ ਮੈਨੂੰ ਮਾਸ਼ਾਅੱਲਾ ਠੁਕਵਾਂ ਚੁਆ ਅੱਲਾ ਦੇ ਫਜ਼ਲੋ ਕਰਮ ਨਾਲ। ਬਾਕੀ ਮੈਂ ਦੀਆਂ ਟੋਰਾਂ ਲੰਮੀ ਜਾਣ ਦੇ, ਕੈਮਰਾ ਮੈਨ ਪਿੱਛੇ ਹੋ ਜਾਓ, ਖਵਾਨਾ ਵਿਖਾਉਣ ਦੀ ਲੋੜ ਨਹੀਂ, ਵਿੱਚ ਕਲੋਜ਼ ਕਰਨ ਦੀ ਲੋੜ ਨਹੀਂ, ਪਿੱਛੇ ਪੂਰਾ ਖਲੋ ਕੇ ਮੈਂ ਇਹਦੀ ਪੂਰੀ ਤਸੱਲੀ ਕਰਾਉਣੀ ਹੈ। ਮੈਂ ਇਹਦੀ ਕਲਾਸ ਦਾ ਪਤਾ ਲੱਗ ਜਾਏ ਕਿ ਮੈਂ ਕਿਹੜੀਆਂ ਹਰਨੀਆਂ ਮੈਂ ਇਹਦੇ ਵਿੱਚੋਂ ਹਾਂ ਮੈਂ, ਔਰ ਮੈਂ ਇਹਦੀ ਟੋਰ ਮਾਸ਼ਾਅੱਲਾ ਇਵੇਂ ਜਿਵੇਂ ਮੋਰ ਪਹਿਲਾਂ ਪਾਉਂਦਾ, ਲੈਣੇ ਦੇਣੇ ਮੁਕੱਦਰ ਨੇ। ਔਰ ਅਸੀਂ ਇਹ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਵੀਰਾਂ ਨੂੰ ਕੁਲੈਕਸ਼ਨ ਜਿਹੜੀ ਹੈ ਨੀਲੀ ਦੀ ਦੇਈਏ, ਅੱਛੇ ਜਾਨਵਰ ਦੇਈਏ, ਔਰ ਬਿਹਤਰੀਨ ਔਰ ਮੁਨਾਸਬ ਮੁੱਲਾਂ 'ਚ ਜਾਈਏ, ਕਿਉਂਕਿ ਸਾਡੇ ਜਾਨਵਰ ਹਮੇਸ਼ਾ ਸ਼ੌਕੀਨ ਹੁੰਦੇ ਨੇ। ਔਰ ਮੈਂ ਇਹ ਕਹਿੰਦਾ ਕਿ ਮਗਰ ਮੇਰੀ ਮੈਂ ਤਾਂ ਸਿੰਘ ਨਾ, ਕਿਸੇ ਦਾ ਸਿੰਘ ਵੀ ਹੋਵੇ ਤਾਂ ਵੀ ਗੱਲਾਂ ਨੇ, ਮੈਂ ਤੌਣ ਐਡੀ ਪਤਲੀ ਹੈ ਜਿਵੇਂ ਕੋਈਟੀ ਹੁੰਦੀ ਹੈ, ਅਤੇ ਮੈਂ ਇਹਦੀਆਂ ਟੋਰਾਂ ਹਜ਼ਾਰਾਂ ਮਈ ਇੱਕ ਪਾਸੇ, ਇਸ ਮੈਂ ਦੀ ਟੋਰ ਹੀ ਇੱਕ ਪਾਸੇ, ਮੈਂ ਉਹਨੂੰ ਥਾਣ ਮਾਸ਼ਾਅੱਲਾ ਵੀਰਾਂ ਦੇ ਸਾਹਮਣੇ, ਔਰ ਮਾਸ਼ਾਅੱਲਾ ਕੱਢ ਕੱਢ ਪੈਰ ਟੁਰਦੀ ਹੈ ਜੇ ਗੱਬਣ ਮੈਂ ਲੈਂਦੀ ਹੈ, ਦਿਨ ਤਕਰੀਬਨ ਕੋਈ 5-4 ਦਿਨ ਆਰਾਮ ਦੇ ਨਾਲ ਕੱਢ ਜਾਏਗੀ। ਔਰ ਖੂਬਸੂਰਤੀਆਂ ਮੈਨੂੰ ਹਰ ਮੈਨੂੰ ਇੰਨੀਆਂ ਖੂਬਸੂਰਤੀਆਂ ਨਹੀਂ ਲੱਗਦੀਆਂ, ਮਗਰੋਂ ਮੱਝ ਅੱਗੋਂ ਕੱਟੀ ਹੈ, ਬੁੱਥੀ ਮੈਂ ਦੀ ਵੇਖੋ, ਸਿਰ ਵੇਖੋ, ਕੰਨੀ ਵੇਖੋ, ਦੌਣ ਵੇਖੋ, ਚੌੜੀ ਵੇਖੋ ਕਿੰਨੀ ਮੈਂ, ਔਰ ਮੈਨੂੰ ਪੁੱਠਾ ਕਿੱਡਾ ਕਲਾਸ ਦਾ, ਇਹ ਸਾਰਾ ਕੁਛ ਵੇਖੋ, ਥੰਮਾਂ ਵਰਗੇ ਮੱਝ ਨੂੰ ਪੈਰ ਨੇ। ਔਰ ਮੈਂ ਮਾਸ਼ਾਅੱਲਾ ਆਪਣੀ ਆਪ ਪਹਿਚਾਣ ਕਰਾਉਂਦੀ ਹੈ ਕਿ ਮੈਂ ਕਿਹੜੇ ਖੂਨ ਦੀ, ਕਿਹੜੀ ਨਸਲ ਦੀ, ਕਿਹੜੀ ਜ਼ਾਤ ਦੀ ਮੈਂ ਹਾਂ। ਬਾਕੀ ਹਰ ਬੰਦਾ ਹੀ ਇਹ ਗੱਲ ਕਰਦਾ ਕਿ ਯਾਰ ਮੈਂ ਬਹੁਤ ਅਲੱਗ ਕੁਆਲਿਟੀ ਦੇ ਜਾਨਵਰ ਵੀਰਾਂ ਨੂੰ ਸ਼ੌਕ ਕਰਵਾਉਣਾ, ਲੇਕਿਨ ਸਾਡੀ ਇਨਸ਼ਾਅੱਲਾ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀਰਾਂ ਨੂੰ ਸ਼ੌਕ ਨੀਲੀ ਦਾ ਕਰਾਉਣਾ, ਨੀਲੀ ਤੁਹਾਡੇ ਕਿਸੇ ਦਾ ਨਹੀਂ ਕਰਾਉਣਾ।
ਜਿਹੜੀ ਵੀ ਮੈਂ ਪੂਰੀ ਦੁਨੀਆ 'ਤੇ ਪਰਫੋਰਮ ਕਰਦੀ ਹੈ, ਅਲਹਮਦੁਲਿਲਾ 100 ਵਿੱਚੋਂ 90% ਜਾਨਵਰ ਜਿਹੜਾ ਉਹਦਾ ਕਰਾਸ ਨੀਲੀ 'ਚ ਹੁੰਦਾ। ਨੀਲੀ ਦੀ ਮਿਠਾਸ, ਨੀਲੀ ਦੀ ਖੂਬਸੂਰਤੀ, ਨੀਲੀ ਦੀ ਕਲੈਕਸ਼ਨ, ਇਹ ਹਰ ਬੰਦਾ ਨਹੀਂ ਸਮਝ ਸਕਦਾ। ਨੀਲੀ ਦੀ ਕਲਾਸ, ਨੀਲੀ ਦੀ ਖੂਬਸੂਰਤੀ, ਨੀਲੀ ਦਾ ਬਲੱਡ ਲਾਈਨ, ਨੀਲੀ ਦਾ ਮਿਆਰ ਹਰ ਬੰਦਾ ਨਹੀਂ ਸਮਝ ਸਕਦਾ। ਬਾਕੀ ਅੱਲਾ ਦੇ ਫਜ਼ਲ ਕਰਨ ਨਾਲ ਇਨਸ਼ਾਅੱਲਾ ਕੈਮਰੇ ਦੀ ਨਿਗਾਹ ਦੇ ਵਿੱਚ ਹਰ ਉਸ ਵਾਏ ਤੋਂ, ਹਰ ਉਸ ਐਂਗਲ ਤੋਂ ਅਸੀਂ ਇਹਦੀ ਤਸੱਲੀ ਕਰਵਾ ਰਹੇ ਹਾਂ ਕਿ ਦੁਨੀਆ ਨੀਲੀ ਦਾ ਇਸ਼ਕ ਅੱਗੇ ਹੀ ਮਨਾਈ ਫਿਰਦੀ ਹੈ, ਅਤੇ ਇਨਸ਼ਾਅੱਲਾ ਸਾਡੇ ਨਾਲ ਇਸ਼ਕ ਪ੍ਰਮੋਟ ਕਰਦਾ ਹੈ, ਜਵਾਨ ਹੁੰਦਾ, ਔਰ ਇਨਸ਼ਾਅੱਲਾ ਨੀਲੀ ਦਾ ਕਦਰ ਪੈਂਦੀ ਹੈ, ਨੀਲੀ ਦੀ ਮੈਂ ਦੀ ਆਪਣਾ ਹੁਸਨ ਅਤੇ ਕੁਆਲਿਟੀ ਅਲੱਗ ਹੁੰਦੀ ਹੈ। ਮਜ਼ੀਦ ਸਾਰੀਆਂ ਗੱਲਾਂ ਅਸੀਂ ਮਾਲਕ ਨਾਲ ਕਰਾਂਗੇ, ਅਤੇ ਪੂਰੀ ਤਸੱਲੀ ਦੇ ਨਾਲ ਹਰ ਐਂਗਲ ਤੋਂ ਅਸੀਂ ਕੈਮਰੇ ਦੀ ਨਿਗਾਹ ਦੇ ਵਿੱਚ ਜਾਨਵਰਾਂ ਨੂੰ ਤਸੱਲੀ ਕਰਾਵਾਂਗੇ। ਬਾਕੀ ਮੈਂ ਇਹਨੂੰ ਚੈੱਕ ਕਰ ਲੈਣਾ, ਮੈਂ ਇਹਦੀ ਤਸੱਲੀ ਕਰ ਲੈਣੀ ਹੈ, ਮਾਲਕਾਂ ਨੂੰ ਪੁੱਛ ਲੈਣਾ ਕਿ ਇਸ ਫੁੱਲ ਦੀ ਕੀ ਖੁਸ਼ਬੂ ਹੈ, ਕੀ ਗੱਲ ਹੈ, ਕੀ ਬਾਤ ਹੈ। ਬਾਕੀ ਲੈਣੇ ਦੇਣੇ ਤਾਂ ਮੁਕੱਦਰ ਨੇ, ਅੱਛਾ ਬੁਰਾ ਦੀ ਤਮੀਜ਼ ਤੁਸੀਂ ਆਪ ਕਰਨੀ ਹੈ। ਮੈਂ ਇਹਨੂੰ ਪਹਿਲੇ ਪੜ੍ਹ ਲੈਣਾ, ਅੱਛਾ ਚਲੋ ਜਿਹੜੇ ਵੀ ਹਿਸਾਬ ਕਿਤਾਬ ਨੇ ਵੀਰਾਂ ਦੇ ਸਾਹਮਣੇ, ਮੈਂ ਅਜੇ 5-7 ਦਿਨ ਕੱਢਦੀ ਹੈ। ਮੈਂ ਇਹਨੂੰ ਅਜੇ ਤੱਕ 5 ਸੌਣ ਦਾ ਪਤਾ ਕੋਈ ਨਹੀਂ, ਮੈਂ ਇਹਨੇ ਧਾਰਾਂ ਹੁਣ ਸਟਾਰਟ ਕੀਤੀਆਂ, 4-5 ਦਿਨ ਮੈਂ ਕੱਢ ਜਾਏਗੀ, ਔਰ ਐਡੀ ਨੇ ਫੀਸ ਮੈਂ ਜ਼ਮਾਨੇ 'ਚ ਨਹੀਂ ਜੰਮਦੀ ਇਨਸ਼ਾਅੱਲਾ। ਬੁੱਥੀ ਸਿਰ ਮੂੰਹ ਵੱਲੋਂ ਪੂਰੀ ਮੈਂ ਪੂਰੀ, ਜਿੰਨੇ ਸ਼ੌਕ ਹੁੰਦੇ ਨੇ ਉਹਨੇ ਪੂਰੇ ਨੇ, ਔਰ ਮੈਂ ਇਹਨੂੰ ਅਗਰ ਥਣ ਮਾਸ਼ਾਅੱਲਾ ਅੱਡਾ ਲੱਗਿਆ ਕਿ ਇੱਥੇ ਪਸਮ ਕੇ ਪਾਵਰ ਵਾਲਾ, ਔਰ ਸਾਰੀ ਜਾਤੀ ਇਹ ਜੇ ਨਫੀਸ ਅਤੇ ਕੁਆਲਿਟੀ ਵਾਲਾ ਜਾਨਵਰ ਆਮ ਮਈ ਨੂੰ ਨਹੀਂ ਲੱਭਦੀਆਂ। ਗੱਲਾਂ ਮਾਲਕ ਨਾਲ ਆਓ। ਹਾਂਜੀ, ਅਸਲਾਮ ਵਾਲੇਕੁਮ। ਖਿੱਚੀ ਸਾਹਿਬ ਕੀ ਹਾਲ ਚਾਲ? ਠੀਕ ਠਾਕ ਸਾਹਿਬ। ਚੌਧਰੀ ਸਨਾਵਰ ਖਿੱਚੀ, ਉਹ ਤਾਂ ਚੌਧਰੀ ਸਦਨਾ ਪੈ ਗਿਆ, ਤੇਰੀ ਮਜਬੂਰੀ ਬਣ ਗਈ। ਨਹੀਂ ਨਹੀਂ ਸਾਰੇ ਬੜੇ ਕੰਮ ਕੱਢ ਲੈ ਰਹੇ ਤੇ ਬੜੇ ਕੰਮ ਕਰ ਲੈਣੇ, ਬੜੇ ਸਾਲਾਂ ਬਾਅਦ ਇੱਥੇ ਆਇਆ। ਮੇਰੇ ਰੰਗਾ ਮਾੜਾ ਬੰਦਾ ਆਵੇ ਤੇ ਡੇਲੀ ਆਵੇ ਚੈਨਲ ਤੇ, ਹੁਣ ਹੋ ਗਿਆ ਤੂੰ ਚੌਧਰੀ, ਤੇ ਚੌਧਰੀਆਂ ਨੂੰ ਜਿਹੜਾ ਨਾ ਲੱਭਣਾ ਪੈਂਦਾ, ਤੇ ਤੈਨੂੰ ਲੱਭਿਆ ਤੇ ਮੈਂ ਮੁੜ ਚੰਗੀ ਲੈਂਦੀ। ਅਸੀਂ ਕੋਈ ਚੌਧਰੀ ਸਨਾਵਰ ਖਿੱਚੀ ਕੀ ਹਾਲ? ਕੋਈ ਚੌਧਰੀ ਬੰਦਿਆਂ ਨੇ ਬੜੇ ਨੇ ਕਮੈਂਟ ਕਰਨੇ ਨੇ, ਬਲਕਿ ਮੈਨੂੰ ਵਾਇਸ ਮੈਸੇਜ ਕਹਿੰਦੇ ਕਿ ਕਿੱਥੋਂ ਲੱਭ ਲਿਆ, ਲਾਲ ਤੋਂ ਕਾਲੇ ਹੋ ਗਏ ਵਾਲ ਮਾਸ਼ਾਅੱਲਾ, ਇਹ ਆਂਦੇ ਨੇ ਲਾਲਾਂ ਤੋਂ ਚਿੱਟੇ ਹੁੰਦੇ, ਇਹ ਵੇਖੇ ਨੇ ਕਾਲੇ ਹੋ ਗਏ। ਅੱਲਾ ਭਲਾ ਹੋਰ ਵਕਤ ਲਾਵੇ। ਤੇ ਕੀ ਹਾਲ ਹੈ ਤੇਰਾ ਪਹਿਲੇ ਤੇਰਾ? ਅੱਲਾ ਪਾਕ ਮੈਂ ਕਿੰਨੇ ਸੂਏ ਮੱਜ ਦੂਜਣ, ਮਤਲਬ ਮੱਜ ਪਹਿਲਾਂ ਨਹੀਂ ਹੁੰਦੀ ਲੇਕਿਨ ਆ ਮੱਜ ਦੂਜਣ ਦੂਜਣ। ਹਾਂਜੀ ਮੈਂ ਨੀਲੀ ਦੀ, ਹੁਣ ਇਸ ਤੇ ਕੋਈ ਸ਼ੱਕ ਹੈ ਨੀਲੀ ਦੇ ਤੇ? ਬੰਦੇ ਆਂਦੇ ਨੇ ਨਾ ਕਿ ਤੂੰ ਪੁੱਛ ਲਿਆ ਕਰ, ਇਹ ਮੀਆਂ ਮਿਨਾਜ ਉਤਿਆਣਾ ਉਹਦੇ ਝੋਟੇ ਦੀ ਮੱਜ ਹੈ। ਅੱਛਾ ਜੀ, ਉਤਿਆਣਾ ਬਲੱਡ ਲੈਣ ਚ? ਉਤਿਆਣਾ ਬਲੱਡ ਲੈਣ ਚ ਤੇ ਮੈਂ ਖਰਲ ਸਾਹਿਬ ਪੈਸੇ ਭਰਨ ਦਿੱਤੇ ਫਿਰ ਹੀ ਹੈ ਨਾ ਪੈਸੇ ਦੀ ਗੱਲ ਵੀ ਕਰ, ਇਹ ਸ਼ੌਕ ਦੀ ਵੰਗਾਂ ਜੇ ਸਪਵਾਈਆਂ ਮੁੱਲ ਮੇਰੇ ਖਿਆਲ ਮੁਤਾਬਿਕ ਮੁੱਲ ਨਾ ਕਰਾ, ਜਿਸ ਬ੍ਰਾਂਡ ਚੰਗੀ ਲੱਗੇ, ਜਿਸ ਸ਼ੌਕ ਕਰਨਾ ਹੋਵੇ ਸ਼ੌਕ ਵਾਲੇ, ਮੈਂ ਮਾੜੇ ਬੰਦੇ ਦਾ ਵਾਅਦਾ ਕਰੋ। ਕੋਈ ਸੁਣੀ ਸੁਣਾਈ ਮੁੱਲ ਦੀ ਗੱਲ ਆਵਾਜ਼ ਚਲਾ ਦੇ ਕੋਈ, ਕਿ ਉਹ ਮੈਨੂੰ ਪੁੱਛਣਗੇ ਇਹ ਸਾਰੇ ਕਿ ਜਨਾਬ ਕੀ ਆਵਾਜ਼ ਹੈ ਇਸ? ਮੈਂ ਮੁੱਲ ਜਿੰਨਾ ਹੀ ਕਰ ਲਏ ਥੋੜ੍ਹਾ, ਮੈਂ ਵਾਹਵਾ ਸਾਰੀ ਖਰਲ ਸਾਹਿਬ ਚੰਗੀ ਹੈ ਸਹੀ, ਹੁਣ ਮੌਸਮ ਵੀ ਤੈਨੂੰ ਪਤਾ ਸੁਬਹ ਸ਼ਾਮ ਮੌਸਮ ਜਿਹੜੀ ਅੱਜ ਕੱਲ੍ਹ ਬਹਾਰ ਦੀ ਹੈ, ਅਤੇ ਬਹਾਰ 'ਚ ਬੜੇ ਬੜੇ ਫੁੱਲ ਨਿਕਲਦੇ ਨੇ, ਅਤੇ ਨੀਲੀ ਦੀ ਮੈਂ ਵੀ ਨਿਕਲਾਂ, ਬਟ ਨਹੀਂ ਮੁੱਲ ਕਰਨਾ ਦਿਲ ਤੇ ਕੋਈ ਨਹੀਂ ਹੈ, ਦਿਲ ਨਹੀਂ। ਹਾਂ ਸ਼ੌਕ ਨਾਲ ਕੋਈ ਮੰਗੇ ਮੈਂ ਤੇ ਦਿੰਦੇ ਹਾਂ। ਹਾਂਜੀ ਸ਼ੌਕ ਨਾਲ, ਮਾਲਕਾਂ ਦਾ ਇਹ ਕਹਿਣਾ ਕਿ ਸ਼ੌਕ ਨਾਲ ਮੈਂ ਮੰਗੇ ਕੋਈ ਮੰਗੇ ਤੇ ਫਿਰ ਮੈਂ ਦਿੰਦੇ ਹਾਂ। ਸ਼ੌਕ ਦੀ ਵੰਗ ਕਿਸੇ ਪਾਣੀ ਤੇ ਛਿੜਕਾਣੀ ਆਪ ਜੇ ਅਸੀਂ ਨਹੀਂ, ਤੇ ਜਿਹਨੇ ਛਿੜਕਾ ਲਈ ਉਹ ਇਨਸ਼ਾਅੱਲਾ ਬੇੜੇ ਪਾਰ ਹੋ ਜਾਣਗੇ,
ਤੇ ਮੈਂ ਜਿਹੜੀ ਹੈ ਅੱਲਾ ਦੇ ਫਜ਼ਲ ਕਰਮ ਨਾਲ ਹਜ਼ਾਰਾਂ ਮਈ ਵਿੱਚੋਂ ਕਦੇ ਅਜੇ ਮਈ ਪੈਦਾ ਹੁੰਦੀਆਂ ਨੇ। ਸਾਡਾ ਕੰਮ ਹੈ ਸ਼ੌਕ ਕਰਾਉਣਾ, ਤੁਹਾਡਾ ਕੰਮ ਹੈ ਸ਼ੌਕ ਨੂੰ ਖੜਕਾ ਕੇ ਸਾਨੂੰ ਵਿਖਾਉਣਾ ਕਿ ਅਸੀਂ ਖੜਕਾਉਂਦੇ ਪਏ। ਪਰ ਨੀਲੀ ਦਾ ਆਹ ਕ੍ਰਾਸ ਕਰਾਓ ਰਾਵੀ ਅਤੇ ਸਾਡੇ ਪਰੋਂ ਜਾਫਰਾਬਾਦੀ ਅਤੇ ਸਾਡੇ ਪਰੋਂ ਅਗਾਂ ਸਿੰਧ ਵਾਲੀਆਂ ਮਦੀਨ 'ਤੇ ਕਰਾਓ, ਜਿਹਦੇ ਮਰਜ਼ੀ ਕਰਾਓ, ਮੁਰਰਾ 'ਤੇ ਕਰਾਓ, ਉਹ ਤੁਹਾਡਾ ਵਕਤ ਹੈ। ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਕਰਨਾ ਲਾਈਕ, ਸ਼ੇਅਰ ਅਤੇ ਕਮੈਂਟ, ਔਰ ਆਪਣੀ ਰਾਏ ਨਾਲ ਸਾਨੂੰ ਕਰ ਲੈਣਾ ਜ਼ਰੂਰ ਹੈਗਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ।